ਜਿੱਥੇ ਵੀ ਕਬੱਡੀ 365.com ਵਾਲੇ ਨੇ ਪੁੱਜਣਾ ਤਾਂ ਸਭ ਪਿੰਡ ਮੇਰੀ ਵੀਰਿਓ ਆਉਣ ਵਾਲੀ 10 ਤਰੀਕ ਹੈ ਤਹਿਸੀਲ ਬਲਾਚੌਰ ਦਾ ਜਿੱਥੇ 71,000 ਤੇ 61,000 ਦੇ ਭਰਾਈ ਹੋਣਗੇ ਮੋਟਰਸਾਈਕਲ ਇੱਥੇ ਜਾਣਗੇ ਬੈਸਟ ਖਿਡਾਰੀਆਂ ਨੂੰ ਕਬੱਡੀ ਓਪਨ ਦੇ ਵਿੱਚ ਮੇਰੀ ਵੀ ਨੋਟ ਕਰਾਂਗੇ ਆਪਾਂ 10 ਤਰੀਕ ਕਹਿੰਦੇ ਧਨਾਸ ਪਿੰਡ ਹੈ ਚੰਡੀਗੜ੍ਹ ਏਰੀਏ ਦਾ ਬਿਲਕੁਲ ਚੰਡੀਗੜ੍ਹ ਬੁੱਕਲ 'ਚ ਵੱਸਦਾ ਹੈ ਧਨਾਸ ਪਿੰਡ ਜਿੱਥੇ ਕਹਿੰਦੇ ਫੋਰ ਟਰੈਕਟਰ ਦਿੱਤੇ ਜਾਣੇ ਹੈ ਫੋਰ ਟਰੈਕਟਰ ਕਬੱਡੀ ਓਪਨ ਵਿੱਚ ਬੈਸਟ ਇੱਡਰ ਤੇ ਬੈਸਟ ਜਾਫੀ ਨੂੰ ਫੋਰ ਟਰੈਕਟਰ ਦਿੱਤੇ ਜਾਣੇ ਹੈ ਫੋਰ ਟਰੈਕਟਰ ਵੀ ਆਪਾਂ ਨੋਟ ਕਰਨਾ ਹੈ ਕਬੱਡੀ 'ਚ ਟਰੈਕਟਰ ਕਹਿੰਦੇ ਵੀ ਕਾਰਾਂ ਵੱਡੇ ਵੱਡੇ ਸਨਮਾਨ ਮਿਲਣ ਲੱਗੇ ਹੈ ਗੱਲ ਕਰਨ ਜਾਵਾਂਗੇ ਉਹਨਾਂ ਸਨਮਾਨਾਂ ਦੀ ਇਹ ਵੀ ਆਪਾਂ ਨੋਟ ਕਰਨਾ 10 ਤਰੀਕ ਚੰਡੀਗੜ੍ਹ ਦੇ ਏਰੀਆ ਮਸ਼ਹੂਰ ਪਿੰਡ ਹੈ ਧਨਾਸ ਪ੍ਰਧਾਨ ਕਰਮਾ ਧਨਾਸ ਵਾਲਾ ਸਾਡਾ ਸੱਦੇ ਦੇ ਰਿਹਾ ਹੈ ਫੋਰ ਟਰੈਕਟਰ ਦਿੱਤੇ ਜਾਣੇ ਹੈ ਕਬੱਡੀ ਓਪਨ ਦੇ ਵਿੱਚ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਬਿਨਾਂ ਕਿਸੇ ਦੇਰੀ ਦੇ ਮੇਰੀ ਬੇਨਤੀ ਹੈ ਮੈਚ ਅਗਲੇ ਮੈਚ ਦੀਆਂ ਟੀਮਾਂ ਸਾਬੀ ਕਲਾ ਮੱਲੀਆਂ ਦੀ ਟੀਮ ਪੁੱਜੀ ਹੋਈ ਹੈ ਸੈਦੋਵਾਲ ਦੀ ਟੀਮ ਹੱਥ ਖੜਾ ਕਰੇ ਠੀਕ ਹੈ ਧੰਨਵਾਦ ਵੀਰ ਥਾਬਲ ਕੇ ਤੇ ਸ਼ੰਕਰ ਇਹ ਵੀ ਟੀਮਾਂ ਤਿਆਰੀ ਫੜ ਕੇ ਬਾਹਰਲੇ ਪਾਸੇ ਆ ਜਾਣ ਥਾਬਲ ਕੇ ਤੇ ਸ਼ੰਕਰ ਲਾਓ ਤਾੜੀਆਂ ਮਾਰਦੇ ਜ਼ੋਰਦਾਰ ਸਾਬੀ ਦਾ ਕਹਿੰਦੇ ਛੋਟਾ ਵੀਰ ਇਸ ਵੇਲੇ ਮੱਲੀਆਂ ਦੀ ਧਰਤੀ ਦਾ ਤੇ ਰੱਬ ਡਾਡੇ ਨੇ ਕੀ ਭਾਣਾ ਵਰਤਾ ਛੱਡਿਆ ਉਹਦੇ ਜਾਣ ਪਿੱਛੋਂ ਇਹ ਸਾਰਾ ਜੱਗ ਰਵਾ ਛੱਡਿਆ ਸੁੱਖੀ ਯਾਰ ਹੋਣੀ ਦੇ ਕਾਲੇ ਕਦੇ ਨਾ ਟਾਲੇ ਜੀ ਸਾਰੀ ਜ਼ਿੰਦਗੀ ਯਾਦ ਨਹੀਂ ਭੁੱਲਣੀ ਸਾਬੀ ਮੱਲੀਆਂ ਵਾਲੇ ਦੀ ਸਾਰੀ ਜ਼ਿੰਦਗੀ ਯਾਦ ਨਹੀਂ ਭੁੱਲਣੀ ਸਾਬੀ ਮੱਲੀਆਂ ਵਾਲੇ ਦੀ ਮਾਰ ਖਿਡਾਰੀ ਬਣ ਗਿਆ ਸੀ ਕਹਿੰਦੇ ਕਬੱਡੀ ਦਾ ਲਾਓ ਇਸ ਵੇਲੇ ਮੈਦਾਨ ਅੰਦਰ ਪਾਉਂਦਾ ਹੋਇਆ ਗੱਭਰੂ ਕਹਿੰਦੇ ਕਬੱਡੀ ਸੈਦੋਵਾਲ ਦੀ ਧਰਤੀ ਦਾ ਵਾਹ ਨਹੀਂ ਹੋਣੀ ਸਾਹ ਬਹੁਤ ਹੀ ਲੱਖਾਂ ਦਾ ਪੁਆਇੰਟ ਮੇਰੀ ਵੀਰੀਓ ਗੱਭਰੂ ਨੇ ਆਪਣੀ ਟੀਮ ਦੇ ਹਿੱਸੇ ਜੁੜੇ ਹੈ ਬਹੁਤ ਤਕੜਾ ਮੈਚ ਹੈ ਦੋਨੇ ਟੀਮਾਂ ਵਾ ਲਓ ਸਾਹਮਣੇ ਵੇਖਦੇ ਵੀ ਇਸ ਵੇਲੇ ਗੱਭਰੂ ਪੁਆਇੰਟ ਜੋੜਦਾ ਹੋਇਆ ਲਓ ਸਾਹਮਣੇ ਵੇਖਦੇ ਵੀ ਇਸ ਵੇਲੇ ਮੈਦਾਨ ਅੰਦਰ ਫਿਰ ਸੈਦੋਵਾਲ ਦੀ ਟੀਮ ਦੇ ਖਿਡਾਰੀ ਦਾ ਬੋਲਿਆ ਹਾ ਧਾਵਾ 13 ਅਕਤੂਬਰ ਕਹਿੰਦੇ ਵਾਲੀਆ ਕੱਟੂ ਪਿੰਡ ਹੈ ਜ਼ਿਲ੍ਹਾ ਪਟਿਆਲੇ ਦਾ ਉੱਥੇ ਕਬੱਡੀਆਂ ਪੈਣੀਆਂ ਔਰ 13 ਅਕਤੂਬਰ ਹਾਕਮ ਸਿੰਘ ਵਾਲਾ ਪਿੰਡ ਹੈ ਜ਼ਿਲ੍ਹਾ ਫਿਰੋਜ਼ਪੁਰ ਦਾ ਉੱਥੇ ਕਬੱਡੀਆਂ ਪੈਣਗੀਆਂ ਇਹ ਵੀ ਆਪਾਂ ਨੋਟ ਕਰ ਰਹੇ ਹਾਂ ਆਉਣ ਵਾਲੀ 13 ਅਕਤੂਬਰ ਲਓ ਸਾਬੀ ਦਾ ਵੀਰ ਮੱਲੀਆਂ ਦੀ ਟੀਮ ਦੀ ਤਰਫੋਂ ਫਿਰ ਅਗਲੀ ਕਬੱਡੀ ਪਾਉਣ ਲਈ ਵਧਿਆ ਹੋਇਆ ਮੈਦਾਨ ਅੰਦਰ ਚਾਰ ਜਾਫੀ ਸਾਹਮਣੇ ਤਿਆਰ ਨੇ ਚਾਰ ਜਾਫੀਆਂ ਵਿੱਚੋਂ ਕਾਣ ਤੋਂ ਹੱਥ ਕਰੂਗਾ ਇਹ ਸਮੇਂ ਦੀ ਗੱਲ ਹੋਣੀ ਹੈ ਸਮੇਂ ਦੀਆਂ ਬਾਤਾਂ ਨੇ ਲਾ ਉਹੀ ਅੰਦਾਜ਼ ਹੈ ਉਹੀ ਅੰਦਾਜ਼ ਹੈ ਮੇਰੀ ਵੀਰੀਓ ਕਬੱਡੀ ਪਾਉਣ ਦਾ ਇਸ ਵੇਲੇ ਮੇਰੀ ਸਾਬੀ ਦੀ ਝਲਕ ਕਹਿੰਦੇ ਛੋਟਾ ਵੀਰ ਸਾਬੀ ਦਾ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ 16 ਅਕਤੂਬਰ ਕਹਿੰਦੇ ਆਉਣ ਵਾਲੀ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਧੂੜਕੋਟ ਰਣਸੀ ਪਿੰਡ ਜਿੱਥੇ ਕਬੱਡੀ ਓਪਨ ਦੇ ਵਿੱਚ ਲੰਡੀਆਂ ਜੀਪਾਂ ਦਿੱਤੀਆਂ ਜਾਣੀਆਂ ਲੰਡੀਆਂ ਜੀਪਾਂ 16 ਅਕਤੂਬਰ ਆਪਾਂ ਨੋਟ ਕਰਨਾ 16 ਅਕਤੂਬਰ ਲੰਡੀਆਂ ਜੀਪਾਂ ਦਿੱਤੀਆਂ ਜਾਣੀਆਂ ਧੂੜਕੋਟ ਰਣਸੀ ਪਿੰਡ ਹੈ ਜ਼ਿਲ੍ਹਾ ਮੋਗੇ ਦਾ ਜਿੱਥੇ ਕਬੱਡੀ 75 ਕਿਲੋ ਭਾਰ ਵਿੱਚ ਕਹਿੰਦੇ ਸਕੂਟਰ ਦਿੱਤੇ ਜਾਣੇ ਆ ਮੋਡੀਫਾਈ ਕੀਤੇ ਸਕੂਟਰ 62 ਕਿਲੋ ਵਿੱਚ ਕਹਿੰਦੇ ਜੂਸਰ ਦਿੱਤੇ ਜਾਣੇ ਆ 52 ਕਿਲੋ ਵਿੱਚ ਮੋਬਾਈਲ ਫੋਨ ਦਿੱਤੇ ਜਾਣੇ ਆ ਉੱਪਰ ਵਿੱਚ ਲੰਡੀਆਂ ਜੀਪਾਂ ਦਿੱਤੀਆਂ ਜਾਣੀਆਂ 15-16 ਅਕਤੂਬਰ 14-15-16 ਅਕਤੂਬਰ ਕਹਿੰਦੇ ਧੂੜਕੋਟ ਰਣਸੀ ਪਿੰਡ ਹੈ ਜ਼ਿਲ੍ਹਾ ਮੋਗੇ ਦਾ ਇਹ ਵੀ ਆਪਾਂ ਨੋਟ ਕਰਨਾ ਪਰ ਇਧਰ ਪਾਸੇ ਮੈਦਾਨ ਅੰਦਰ ਅਗਲੀ ਕਬੱਡੀ ਪੈਂਦੀ ਹੋਈ ਇਸ ਗੱਭਰੂ ਨੌਜਵਾਨ ਦੀ ਲਓ ਚਾਰ ਜਾਫੀ ਸਾਹਮਣੇ ਤਿਆਰ ਨੇ ਸੈਦੋਵਾਲ ਦੀ ਧਰਤੀ ਦਾ ਲੱਕੀ ਕਬੱਡੀ ਪਾ ਰਿਹਾ ਔਰ ਦੂਸਰੇ ਪਾਸੇ ਭਰੀਆਂ ਮਗਲਾ ਬੱਗੇ ਪਿੰਡ ਦੇ ਮੰਗੀ ਵਾਂਗੂ ਲਾ ਹਠੂਰ ਦਾ ਏਕਮ ਠਹਿਰਿਆਂ ਦਾ ਪੱਪੀ ਮੇਰੀ ਵੀਰਿਓ ਕਾਲਮਾਂ ਦਾ ਗੁਰਵਿੰਦਰ ਜਾਂ ਫਿਰ ਮੇਰੇ ਵੀਰੋ ਕਹਿੰਦੇ ਫਰੰਦੀ ਪੁੜੀਆ ਗੋਪੀ ਇਹ ਪਹਾੜ ਜਾਫੀ ਨੇ ਪਰ ਇਸ ਵੇਲੇ ਸਾਹਮਣੇ ਆਪਾਂ ਵੇਖਦੇ ਵੀ ਇਹ ਪਾਣ ਜਿਹੜਾ ਜੁੜਦਾ ਹੋਇਆ ਮੇਰੀ ਵੀਰੋ ਧਾਵੀ ਦੇ ਹਿੱਸੇ ਇੱਕ ਕਬੱਡੀ ਪੂਰੀ ਸ਼ਾਨਦਾਰ ਬਣੀ ਹੋਈ ਹੈ ਇੱਕ ਇੱਕ ਪੁਆਇੰਟ ਪੂਰਾ ਸ਼ਾਨਦਾਰ ਬਣਿਆ ਹੋਇਆ ਮੈਦਾਨ ਅੰਦਰ ਥਾਬਲ ਕੇ ਤੇ ਸ਼ੰਕਰ ਰੁੜਕਾ ਖੁਰ ਤੇ ਬੂਆ ਮਠੱਡਾ ਕਲਾ ਤੇ ਭੈਣੀ ਬੜਾ ਤਕੜਾ ਮੈਚ ਖੇਡਿਆ ਗਿਆ ਸੀ ਦੋਨੇ ਟੀਮਾਂ ਦਾ ਪਰ ਇਸ ਵੇਲੇ ਕਹਿੰਦੇ ਮੁਕਾਬਲਾ ਖੇਡਿਆ ਜਾ ਰਿਹਾ ਹੈ ਮੈਦਾਨ ਵਿੱਚ ਦੋਨੇ ਟੀਮਾਂ ਦਾ ਬੜਾ ਤਕੜਾ ਮੈਚ ਹੈ ਲਓ ਸਾਹਮਣੇ ਦੇਖਦੇ ਵੀ ਸੈਦੋਵਾਲ ਦੀ ਟੀਮ ਦਾ ਖਿਡਾਰੀ
सिख सरदार कबड्डी पाता हुआ सिखी कौम की गल कहते दशम पिता महाराज की बख्शी हुई सिखी है कोई रीसा नहीं कर सकता मेरे बाजा वाली सरकार दी कहंदे कि ना कोई ओना वर्गा होया ना कोई ओना वर्गा होना है जुगा जुगा तो गल्ला चलन उस दरवेश दियां कौन करूगा रीसा कलगी धर दशमेश दियां कौन करूगा रीसा कलगी धर दशमेश दियां कोई रीसा नहीं कर सकता मेरी वीरियो उस बाजा वाली सरकार दी लो सामने वेखते भी इस वेले नौजवान खिडारी लखा जा पॉइंट अपनी टीम दे से जोड़ता होया इस मैच तो बाद अगला मैच जिहड़ा खेडे जाना है दोनों टीमों नूं साडी बेनती है वो टीमों ने थाबल के ते शंकर आलवाल ढेरियां ते चक देसराज उस तों रुड़का खुर ते बूआ रुड़का कलां ते जमशेर ये टीमों के खिडारी जिहड़े नोट करनगे किसी भी टीम का एक मिनट तो बाद इंतजार नहीं किया जाना थोड़ा आलवाल ढेरियां की टीम आ गई है कहते चक देसराज की टीम आवे मौली ते कंग साबू ये मैच शुरू करवाया जाए बिना किसी देरी दे मौली ते कंग साबू स्टेज अगे जे वीर फिर बैठ गए है प्रबंधकों वालों बेनती है उठ जाओ मेरे बड़े भरा मौली वर्सज कंग साबू इस मैच दे विचों कहिंदे साढ़े सत्त पॉइंट ने साबी मल्लियां की टीम दे नौ पॉइंट ने सैदोवाल की टीम दे सैदोवाल की टीम जित गई है नोट कर ले वीर सैदोवाल मौली ते कंग साबू ये मुकाबला शुरू करवा दियो उस तो बाद थाबलके ते शंकर थाबलके ते शंकर रुड़का खुर ते बूआ ये भी टीम आ जाना केड़ी टीम नहीं आई नी कंग साबू वीर कंग साबू नू घट्टो घट अद्धा घंटा हो गया कर दी स्क्रैच सकराज कर लग्या भी कंग साबू की टीम वाक ओवर देने जा रहे हैं मौली की टीम नोट किया जाए थाबलके वर्ष शंकर भाई मैं पहले छे मैच बोले सी भी सारिया टीम आ जाए पर उही हाल है खिलाड़ियों का कोई भी खिलाड़ी कोई भी टीम सेमिनार नहीं आ रही एक मैच होंगे उस तो बाद ग्राउंड जिहड़ा फिर खाली हो जाता है
ਕਾਬਲ ਕੇ ਵਰਸੇ ਸ਼ੰਕਰ ਰੁੜਕਾ ਖੁਰਤ ਵਰਸ ਬਹੂਆ। ਇਹ ਚਾਰ ਦੀਆਂ ਚਾਰ ਟੀਮਾਂ ਜਲਦੀ ਨਾਲ ਦਿਖਾਈ ਦੇਣ। ਹਾਂ ਵੀ ਕਿਹੜੀ ਟੀਮ ਹੈ? ਚੱਕ ਦੇ ਸਰਾਜ ਆਲੋਵਾਲ ਢੇਰੀਆਂ ਤੇ ਚੱਕ ਦੇਸਰਾਜ ਦੋਨੇ ਟੀਮਾਂ ਪੁੱਜ ਗਈਆਂ ਨੇ। ਇਹ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਜੀ, ਮੈਚ ਸ਼ੁਰੂ ਕਰਵਾ ਦੇ ਵਾਲਾ ਦੋਨੇ ਟੀਮਾਂ ਦਾ, ਆਲੋਵਾਲ ਢੇਰੀਆਂ ਤੇ ਚੱਕ ਦੇਸਰਾਜ ਦੋਨੇ ਟੀਮਾਂ ਕਹਿੰਦੇ ਕਬੱਡੀ ਦੇ ਮਹਾਨ ਖਿਡਾਰੀਆਂ ਨਾਲ ਭਰੀਆਂ ਹੋਈਆਂ ਟੀਮਾਂ ਨੇ। ਦੋਨੇ ਨਗਰਾਂ ਨੇ ਮਹਾਨ ਖਿਡਾਰੀ ਪੈਦਾ ਕੀਤੇ ਕਬੱਡੀ ਦੇ। 18 ਅਕਤੂਬਰ ਕਹਿੰਦੇ ਸੋਹਲੀ ਪਿੰਡ ਹੈ ਜਿਹੜਾ ਲੁਧਿਆਣੇ ਦਾ, ਜਿੱਥੇ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਕਬੱਡੀ ਓਪਨ ਦੇ ਵਿੱਚ। ਇਹ ਆਪਾਂ ਨੋਟ ਕਰਨਾ 18 ਅਕਤੂਬਰ। 19 ਅਕਤੂਬਰ ਕਹਾਲੀ ਸਾਹਿਬ ਪਿੰਡ ਹੈ ਜ਼ਿਲ੍ਹਾ ਪਟਿਆਲੇ ਦਾ, ਉੱਥੇ ਮੋਟਰਸਾਈਕਲ ਦਿੱਤੇ ਜਾਣਗੇ, ਇਹ ਵੀ ਆਪਾਂ ਨੋਟ ਕਰਨਾ ਹੈ। ਕੰਗ ਸਾਬੂ ਦੀ ਟੀਮ ਨੂੰ ਆਖਰੀ 1 ਮਿੰਟ ਦਿੰਦੇ ਹਾਂ, ਘੜੀ ਤੋਂ ਦੇਖ ਕੇ ਆਖਰੀ 1 ਮਿੰਟ ਦਾ ਸਮਾਂ ਕੰਗ ਸਾਬੂ ਦੀ ਟੀਮ ਲਈ। ਚੱਕ ਦੇਸਰਾਜ ਦੀ ਟੀਮ ਪੁੱਜੀ ਹੋਈ ਹੈ ਔਰ ਆਲੋਵਾਲ ਢੇਰੀਆਂ ਦੀ ਟੀਮ ਵੀ ਆ ਗਈ ਹੈ। ਮੈਚ ਇਹ ਕਰਵਾ ਦਿਓ ਤਾਂ ਵਧੀਆ ਹੋਵੇਗਾ, ਇਹ ਦੋਨੇ ਟੀਮਾਂ ਆਈਆਂ ਹੋਈਆਂ। ਕੰਗ ਸਾਬੂ ਦੀ ਟੀਮ ਆ ਗਈ ਹੈ। ਸ਼ੰਕਰ ਹੈ ਜੀ, ਸ਼ੰਕਰ ਦੀ ਟੀਮ ਆ ਗਈ ਹੈ। ਥਾਬਲਕੇ ਦੀ ਟੀਮ ਦੇ ਖਿਡਾਰੀ ਨੋਟ ਕਰਨਗੇ, ਥਾਬਲਕੇ ਦੀ ਟੀਮ ਦੇ ਖਿਡਾਰੀ ਉਹ ਵੀ ਬਿਨਾਂ ਕਿਸੇ ਦੇਰੀ ਦੇ ਤਿਆਰੀ ਫੜ ਕੇ ਦਿਖਾਈ ਦੇਣ। ਥਾਬਲਕੇ ਦੀ ਟੀਮ ਦੇ ਖਿਡਾਰੀਆਂ ਨੂੰ ਬੇਨਤੀ ਹੱਥ ਬੰਨ ਕੇ। ਚੱਕ ਦੇਸਰਾਜ ਵਰਸ ਆਲੋਵਾਲ ਢੇਰੀਆਂ, ਇਹ ਮੈਚ ਕਰਵਾ ਦਿਓ ਜੀ ਰੈਫਰੀ ਸਾਹਿਬ। ਚੱਕ ਦੇਸਰਾਜ ਤੇ ਆਲੋਵਾਲ ਢੇਰੀਆਂ ਇਹ ਆਈਆਂ ਹੋਈਆਂ ਟੀਮਾਂ ਜੀ, ਉਹਨਾਂ ਨੂੰ ਦੇਖਦੇ ਆਪਾਂ ਜਿਹੜੀ ਆਈਆਂ ਉਹਦਾ ਮੈਚ ਕਰਵਾਓ। ਵਾਕਓਵਰ ਦੇ ਦਈਏ, ਠੀਕ ਹੈ ਜੀ। ਮੌਲੀ ਦੀ ਟੀਮ ਨੂੰ ਸਕ੍ਰੈਚ ਕੀਤਾ ਜਾਂਦਾ ਹੈ, ਮੌਲੀ ਦੀ ਟੀਮ ਤਾਂ ਪੁੱਜੀ ਹੋਈ ਹੈ ਸੱਚ। ਕੰਗ ਸਾਬੂ, ਕੰਗ ਸਾਬੂ ਦੀ ਟੀਮ ਨੂੰ ਸਕ੍ਰੈਚ ਕਰਨ ਲੱਗੇ ਆ, ਕੰਗ ਸਾਬੂ ਦੀ ਟੀਮ ਸਕ੍ਰੈਚ ਹੈ ਜੀ। ਕੰਗ ਸਾਬੂ ਦੀ ਟੀਮ ਸਕ੍ਰੈਚ ਕੀਤੀ ਗਈ ਹੈ। ਮੌਲੀ ਦੀ ਟੀਮ ਨੂੰ ਵਾਕਓਵਰ ਦਿੱਤਾ ਜਾ ਰਿਹਾ ਹੈ, ਆਲੋਵਾਲ ਢੇਰੀਆਂ ਤੇ ਚੱਕ ਦੇਸਰਾਜ। ਹੁਣ ਕੋਈ ਵੀ ਟੀਮ ਨਾ ਆਵੇ ਵੀ ਦੁਬਾਰਾ ਗਰਾਊਂਡ ਜਿਹੜੀ ਕੱਟ ਦਿੱਤੀ ਗਈ ਹੈ। ਥਾਬਲਕੇ ਤੇ ਸ਼ੰਕਰ ਇਹ ਟੀਮਾਂ ਆ ਜਾਣ, ਚੱਕ ਦੇਸਰਾਜ ਵਰਸਜ ਆਲੋਵਾਲ ਢੇਰੀਆਂ, ਇਹ ਮੈਚ ਸ਼ੁਰੂ ਕਰਵਾਇਆ ਜਾਵੇ, ਮੇਰੀ ਬੇਨਤੀ ਹੈ। ਇਸ ਮੈਚ ਤੋਂ ਬਾਅਦ ਥਾਬਲਕੇ ਤੇ ਸ਼ੰਕਰ, ਉਸ ਤੋਂ ਬਾਅਦ ਰੁੜਕਾ ਖੁਰ ਤੇ ਬੂਆ, ਰੁੜਕਾ ਕਲਾਂ ਤੇ ਜਮਸ਼ੇਰ, ਰਾਹੋਂ ਤੇ ਟਾਹਲੀ, ਹਰੀਪੁਰ ਤੇ ਫਲਪੋਤਾ, ਔਲਾ ਤੇ ਪਿਆਲਾ, ਚਾਚੋਵਾਲ ਤੇ YFC ਰੁੜਕਾ ਕਲਾਂ, ਲਿਤਰਾਂ ਤੇ ਕਾਰੀ ਸਾਰੀ ਟੀਮ 22 ਵਿੱਚ ਹੈ ਕਿਉਂਕਿ ਲਿਤਰਾਂ ਦੀ ਟੀਮ ਕੱਟੀ ਗਈ ਹੈ। ਉਸ ਤੋਂ ਬਾਅਦ ਕੁੱਕੜਪਿੰਡ ਤੇ ਪਰਸ਼ਰਾਮਪੁਰ, ਮੌਲੀ ਤੇ ਕੰਗ ਸਾਬੂ, ਇਹਦੇ ਵਿੱਚੋਂ ਮੌਲੀ ਦੀ ਟੀਮ ਜਿਹੜੀ, ਮੌਲੀ ਦੀ ਟੀਮ ਨੂੰ ਵਾਕਓਵਰ ਦਿੱਤਾ ਗਿਆ ਹੈ। ਬੜਿਆਲਾ ਤੇ ਪਤਾਰਾ, ਕੁਹਾਲਾ ਤੇ ਸਿੰਧਣਾ, ਹਰਦੋ ਫਰਾਲਾ ਤੇ ਬਡਾਲਾ ਮੰਚਕੀ, ਚੀਮਾ ਕਲਾਂ ਤੇ ਰੁੜਕੀ, ਪੱਤਲ ਕਲਾਂ ਤੇ ਮਾਧੋਪੁਰ, ਧੀਰਪੁਰ ਤੇ ਲੱਲੀਆਂ, ਬਲਵਾਨੀਪੁਰ ਤੇ ਸ਼ਾਹਪੁਰ। ਅਗਲੀ ਗੱਲ ਮਾਈਕ ਤੇ ਅਲੀ, ਬੜਾ ਸੋਹਣਾ ਬੁਲਾਰਾ ਇਸ ਏਰੀਏ ਦਾ। ਹੈਲੋ, ਹੈਲੋ, ਕਿ ਝਗੜਾ ਸਫਰੀ ਹੈ ਸਭ ਅੰਦਰ ਦਾ, ਨਾ ਮਸਜਿਦ ਦਾ ਨਾ ਮੰਦਰ ਦਾ, ਜਿਹਨੇ ਪੇ ਦੇ ਇਲਾਈ ਸਮਝ ਲਿਆ ਉਹ ਆਪਣਾ ਬੇਗਾਨਾ ਕੀ ਜਾਣੇ, ਨਾਨਕ ਦੀਆਂ ਗੁਜੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ।
बहुत ही वधिया ये मुकाबला हो रहा दो टीमों के दरम्यान। एक पास खिलाड़ी जेडे खेडते मैदान आलोवाल ढेरिया की टीम जी मैदान खेल रही है फतेह सांझी करे दर्शकों को पता लग सके आलोवाल ढेरिया किहड़े पासे है। मेरे तो सजे आलोवाल ढेरिया के खिलाड़ी खेडणगे और दूसरे पासे चक देसराज की टीम चार जाफी जेडे चक देसराज वाले बिल्कुल तैयार ने दिले पासे पेंदी हो रेड के उपर हुण देखदे वी जितारां दे फैसले हुंदे होए नाल दी नाल इस धोगलियां टीम मैदान दे विच थाबल के ते शंकर बिल्कुल तैयार रहण रुड़का खुरते बहुआ ये भी बिल्कुल तैयार रहे रुड़की कला जमशेर राहों दे टाली हरिपुर पलवोता औजला ते प्याला ये सारिया टीम जिहड़ियां बिना किसी देरी तो जल्द तैयार होकर इस मैदान के नज़दीक पुजन ता जो कि समय के नाल असीं मुकाबले जिहड़े मैदान दे विच शुरू कर सकीए। साडा वीर ओम कड़ियाणे वाला जिले लुधियाने की धरती का मेरे तो पहला सेवा दे रहा सी सो उस वीर का भी बहुत बहुत धन्यवाद है। बहुत वड्डे पद्धर के इंटरनेशनल पद्धर के बुलारे जिहड़े पुजे साडे कोल इन्हां सारयां दा स्वागत है जी आयां नूं। वीर जी थाबल के ते शंकर की टीम थाबल के दे खिडारी फतेह सांझी करन ठीक है भाजी ते शंकर की टीम भाजी शंकर ठीक है सर दोवें टीम आ गई शंकर ते थाबल के और नाल दी नाल मैं बेनती करदा रुड़का खुर ते बहुए की टीम रुड़का खुरद ते बहुआ वीर जी रुड़के खुरद की टीम जी देखते वास हुंदी है मेहरबानी करके वह भी जल्दी पुजे रुड़का खुरद और दूसरे पासे बहुए की टीम क्योंकि टीम बहुत सारिया ने साडे कोल इस करके टीमों आवाज देनी भी बहुत जरूरी है दर्शकों का मन प्रचार भी करना बहुत जरूरी है इस करके मैं दर्शकों के कोलों पहले माफी मंगदा कि इन्ना बायोडाटा नहीं साझा किया जाएगा जिन्ना होना चाहिए क्योंकि वड्डे लैवल दीआं टीमां ने टीमां बहुत सारिया साडे कोल खेडण दे वास्ते पुज्जिया हुई ने। हाँ जी थाबल के ते शंकर दोवें टीमां बिल्कुल तैयार ने रुड़का खुर ते बहुआ ये भी दोवें टीमां बिल्कुल तैयार रहन रुड़की कला जमशेर ये भी टीम जी बिल्कुल तैयार रहे इसले पासे साडे अमन दुग्गा जी इंटरनेशनल पद्धर के कोच उन्हां दे नाल साडे अमृत दुग्गे वर्गे सारे जिहड़े वड्डे पद्धर के खिलाड़ी साडे कोल पुज्जे हुए इन्ह सारे खिलाड़ियों का स्वागत है। नीना खजूरले वाला जिन्हें भी साढ़े वीर पुजे इस इलाके माण है जिन्हें खिलाड़ियों के उपर सो इन्ह सारे खिलाड़ियों का बहुत बहुत स्वागत है। आ देखते भी पेंदी रेड के उपर हम देखते भी दिल्ली पासे गल की बनो मैदान के छोटे वीर आ करनी छड़ दे री शराबिया की आ देख पटाके पेंदे कौड़ी खेड पंजाबियों की बाद खेड कबड्डी का आलाम इधले पासे छड़िया हुआ रुड़की कलां ते जमशेर ये दोवें टीमां बिल्कुल तैयार रहन जी रुड़की कलां ते जमशेर। हाँ जी साढ़े अमन दुग्गा जी जिथे वास हुंदे हुण उस स्टेज दे लागे आ जाण अमन दुग्गा जी साढ़े काले उन्हां दे नाल संपर्क करन। अमन दुग्गा बहुत वड्डे पद्धर दे कोचां दे विच नाम है जिन्हां दे तराशे हुए हीरे कनेडा दे विच वड्डा मान सम्मान अमृत दा होया जदों पिंड लौटिया तां I-20 कालज नाल वड्डा मान सम्मान दिता गया पिंड वासियों ने साडे अमृत का भी स्वागत है। इस साल मल्ला मारियां कनेडा के खेड मैदान के अंदर जदों खिलाड़ी मैदान के आने कले कले खिलाड़ी का बायोडाटा दसण की कोशिश की जाएगी जिन्ना हो सके साडे कोलों। चल भी ना जना पाक बड़ी सामने देखते दे भी चार जाफी बिल्कुल तैयार ने बहुए हाँ जी रुड़की कलां की टीम आ गई रुड़की कलां की टीम रुड़का कला वीर जी जे कि आ गई है तो फतेह सांझी करे रुड़का कला रुड़का कला जे कि टीम पुज गई है तो मेहरबानी करके फतेह सांझी करे साडे नाल रुड़का कला नाल मैं बेनती करदा जमशेर राहों ते टाली हरिपुर ते फलपोता औजला ते प्याला ये सारिया टीमां जिहड़ियां बिल्कुल तैयार रहन चाचोवाल ते बाई एफ सी रुड़का कला ये भी बिल्कुल तैयार रहे कोकड़ पिंड परसुरामपुर वडियाणा ते पतारा साडा वीर कोहाला ते सिंधड़ा ये भी टीम बिल्कुल तैयार रहे साडे सोनी नागरा जी पुजे हुए सारे इंटरनेशनल प्लेयरां दा जिहड़े इस एरिए दे ने मैं सारयां दा स्वागत करदा पर आ देखदे वी नंबर जिहड़ा इस समय धावी दे से जुड़दा होया चल वी नौजवान पा फिर अगली कबड्डी हाँ जी साड़ा भीर हैप्पी साउंड सर्विस जिथे आवाज सुन आवे जल्दी हैप्पी साउंड सर्विस
ਬਾਕੀ ਸਾਊਂਡ ਸਰਵੇ ਜਿੱਥੇ ਵਾਸ ਸੁਣ ਦਾ ਮਿਹਰਬਾਨੀ ਕਰਕੇ ਆਵੇ ਜਲਦੀ ਮੈਦਾਨ ਦੇ ਅੰਦਰ। ਬਹੁਤ ਵਧੀਆ ਦਿਲੇ ਪਾਸੇ ਮੈਚ ਹੁੰਦੇ, ਦਰਸ਼ਕ ਆਨੰਦ ਮਾਣ ਰਹੇ ਨੇ। ਸੋ ਇਹਨਾਂ ਦਰਸ਼ਕਾਂ ਦਾ ਸਵਾਗਤ ਹੈ ਜਿਹੜੇ ਦੂਰ ਦੁਰਾਡੇ ਪਿੰਡਾਂ ਤੋਂ ਆਪੋ ਆਪਣੇ ਕੰਮਾਂ ਤੋਂ ਵੇਲ ਕੱਢ ਕੇ ਆ ਕੇ ਇਸ ਮੈਦਾਨ ਦੇ ਨਾਲ ਜੁੜੇ ਨੇ। ਮੈਂ NRI ਯੂਥ ਕਲੱਬ ਦੇ ਵੱਲੋਂ ਨਿੱਘਾ ਸਵਾਗਤ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਤੇਜਾ ਸਿੰਘ ਜੀ ਬਾਠ ਸਾਹਿਬ, ਉਹਨਾਂ ਦੇ ਨਾਲ ਜਿੰਨੇ ਵੀ ਸਤਿਕਾਰਯੋਗ ਵੀਰ ਸਾਡੇ ਟੈਕਨੀਕਲ ਟੇਬਲ ਦੇ ਉੱਪਰ ਜਾਂ ਸਟੇਜ ਦੇ ਉੱਪਰ ਬੈਠੇ ਹੋਏ ਨੇ, ਮੈਂ ਸਾਰਿਆਂ ਦਾ ਸਵਾਗਤ ਕਰਦਾ। ਇਸ ਤੋਂ ਪਹਿਲਾਂ ਤੇ ਰੁੜਕਾ ਖੁਰ ਤੇ ਬਹੂਏ ਦੇ ਖਿਡਾਰੀਆਂ ਦੇ ਵੀ ਬੇਨਤੀ ਕਿ ਇਹ ਵੀ ਟੀਮਾਂ ਜਲਦੀ ਆ ਜਾਣ। ਰੁੜਕਾ ਖੁਰ ਤੇ ਬਹੂਆ ਹਾਂਜੀ ਠੀਕ ਹੈ ਜੀ, ਹਾਂਜੀ ਰੁੜਕਾ ਖੁਰ ਤੇ ਬਹੂਆ ਇਹ ਵੀ ਦੋਵੇਂ ਟੀਮਾਂ ਬਿਲਕੁਲ ਤਿਆਰ ਰਹਿਣ। ਰੁੜਕਾ ਖੁਰ ਤੇ ਬਹੂਆ ਹਾਂਜੀ ਰੁੜਕਾ ਖੁਰ ਤੇ ਬਹੂਆ ਦੋਵੇਂ ਟੀਮਾਂ ਆ ਜਾਓ ਜਲਦੀ। ਰੁੜਕਾ ਖੁਰਦ ਤੇ ਬਹੂਆ ਇਹ ਦੋਵੇਂ ਟੀਮਾਂ ਆ ਜਾਓ ਜਲਦ ਮੈਦਾਨ ਦੇ ਅੰਦਰ ਜਿੱਥੇ ਵੀ ਆਵਾਜ਼ ਸੁਣਦੀਆਂ ਨੇ। ਰੁੜਕਾ ਖੁਰ ਤੇ ਬਹੂਆ, ਰੁੜਕੀ ਕਲਾਂ ਤੇ ਜਮਸ਼ੇਰ, ਰਾਹੋਂ ਤੇ ਟਾਲੀ, ਹਰੀਪੁਰ ਫੁਲਬੋਤਾ, ਔਜਲਾ ਤੇ ਪਿਆਲਾ, ਇਹ ਸਾਰੀਆਂ ਟੀਮਾਂ ਜਿਹੜੀਆਂ ਆਓ ਜਲਦ ਤੋਂ ਜਲਦ ਮੈਦਾਨ ਦੇ ਵਿੱਚ। ਲਾਦਲੇ ਪਾਸੇ ਕੈਂਚੀ ਵੱਜਣ ਦੀ ਕੋਸ਼ਿਸ਼ ਤੇ ਪੁਆਇੰਟ ਜਿਹੜਾ ਤਾਂ ਵੀ ਦੇਸੇ ਜਿੱਤਾਰਾਂ ਦੇ ਫੈਸਲੇ। ਹਾਂਜੀ ਆ ਜਾਓ ਜੀ ਅਗਲੀ ਟੀਮ ਥਾਬਲ ਕੇ ਤੇ ਸ਼ੰਕਰ, ਇੱਕ ਪਾਸੇ ਥਾਬਲ ਕੇ ਦੀ ਟੀਮ, ਦੂਸਰੇ ਪਾਸੇ ਸ਼ੰਕਰ ਦੇ ਖਿਡਾਰੀ ਹੋਣਗੇ। ਜਮਿਆਰੇ ਦੇ ਸ਼ੁਰਲੀ ਵਰਗੇ ਬਹੁਤ ਸਾਰੇ ਦੁਨੀਆ ਦੇ ਇੰਟਰਨੈਸ਼ਨਲ ਖਿਡਾਰੀ ਸਾਡੇ ਕੋਲ ਪੁੱਜੇ ਹੋਏ। ਮੈਂ ਮੌਲੀ ਦੇ ਦੀਪੇ ਉਹਨਾਂ ਦਾ ਸਵਾਗਤ ਕਰਦਾ ਇੱਥੇ ਪੁੱਜਣ ਤੇ, ਜੀਆਂ ਨੂੰ ਇਹਨਾਂ ਸਾਰੇ ਸਤਿਕਾਰਯੋਗ ਵੀਰਾਂ ਦਾ। ਹਾਂਜੀ ਆ ਜਾਓ ਜੀ ਅਗਲੇ ਮੈਚ ਦੇ ਵਾਸਤੇ ਥਾਬਲ ਕੇ ਤੇ ਸ਼ੰਕਰ, ਨਾਲ ਦੀ ਨਾਲ ਰੁੜਕਾ ਖੁਰ ਤੇ ਬਹੂਏ ਦੀ ਟੀਮ ਵੀ ਬਿਲਕੁਲ ਤਿਆਰ ਰਵੇ। ਚੱਕ ਦੇਸਰਾਜ ਦੀ ਟੀਮ ਜੇਤੂ ਚੱਲਦੇ ਹੋਏ ਮੈਚ ਦੇ ਵਿੱਚ, ਚੱਕ ਦੇਸਰਾਜ ਸਾਡੇ 9 ਨੰਬਰ, ਆਲੋ ਢੇਰੀਆਂ ਦੇ 8 ਨੰਬਰ। ਹਾਂਜੀ ਆ ਜਾਓ ਅਗਲੇ ਮੁਕਾਬਲੇ ਦੇ ਵਾਸਤੇ ਥਾਬਲ ਕੇ ਤੇ ਸ਼ੰਕਰ, ਇੱਕ ਪਾਸੇ ਥਾਬਲ ਕੇ ਦੀ ਟੀਮ ਖੇਡੇਗੀ ਔਰ ਦੂਸਰੇ ਪਾਸੇ ਸ਼ੰਕਰ ਦੇ ਖਿਡਾਰੀ ਖੇਡਣਗੇ। ਬਹੁਤ ਹੀ ਵਧੀਆ ਇਹ ਮੁਕਾਬਲਾ। ਸ਼ੰਕਰ ਬਿਲਕੁਲ ਮੇਰੇ ਤੋਂ ਸੱਜੇ ਹੱਥ ਔਰ ਥਾਬਲ ਕੇ ਦੀ ਟੀਮ ਜਿਹੜੀ ਬਿਲਕੁਲ ਮੇਰੇ ਤੋਂ ਖੱਬੇ ਹੱਥ, ਸਟੇਜ ਤੋਂ ਬਿਲਕੁਲ ਖੱਬੇ ਹੱਥ ਇਹ ਥਾਬਲ ਕੇ ਦੇ ਖਿਡਾਰੀ ਹੋਣਗੇ ਔਰ ਮੇਰੇ ਤੋਂ ਸੱਜੇ ਅਤੇ ਸ਼ੰਕਰ। ਸੋ ਸਰੀ ਦਾ ਏਰੀਆ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਭਲਵਾਨਾਂ ਦਾ ਏਰੀਆ ਸ਼ੰਕਰ ਦੀ ਟੀਮ ਇਸ ਸਮੇਂ ਮੈਦਾਨ ਦੇ ਵਿੱਚ ਮੇਰੇ ਤੋਂ ਸੱਜੇ ਹੱਥ ਖੇਡਦੀ ਹੋਈ ਔਰ ਦੂਸਰੇ ਪਾਸੇ ਜਿਹੜੇ ਖਿਡਾਰੀ ਖੇਡ ਰਹੇ ਨੇ ਮੈਦਾਨ ਦੇ ਵਿੱਚ ਇਹ ਥਾਬਲ ਕੇ ਦੇ ਖੇਡਣਗੇ। ਦੋਵਾਂ ਟੀਮਾਂ ਦੇ ਦਰਮਿਆਨ ਇਹ ਮੁਕਾਬਲਾ ਇਸ ਸਮੇਂ ਸ਼ੁਰੂ ਹੋਣ ਜਾ ਰਿਹਾ। ਲਾਦਲੇ ਪਾਸੇ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਮਨੀ ਨਾਮ ਹੈ ਮੁੰਡੇ ਦਾ, ਰੇਡ ਪਾਉਣ ਦੇ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਕਿ ਸ਼ਾਂਟਵਾ ਜਿਹਾ ਬਦਲ ਮੁੰਡੇ ਦਾ, ਰਬੜ ਵਾਂਗ ਲਚਕੀਲਾ ਏ, ਰੇਡਾ ਪਾਉਂਦਾ ਤੋਰਾ ਤੁਰਦਾ ਤੁਰੇ ਜੋ ਨਾਗ ਨਸ਼ੀਲਾ ਏ। ਰੇਡ ਪਾਉਣ ਦੇ ਵਾਸਤੇ ਵਧਿਆ ਹੋਇਆ ਮਨੀ ਲਾ, ਮਨੀ ਦੀ ਰੇਡ ਪੈਂਦੀ ਹੋਈ ਮੈਦਾਨ ਦੇ ਵਿੱਚ। ਹੁਣ ਦੇਖਦੇ ਵੀ ਬਹੁਤ ਵਧੀਆ ਅੰਦਾਜ਼ ਮੁੰਡੇ ਦਾ ਕਿ ਕਿਸੇ ਦੀ ਜਾਫ ਕਲੇਲਾ ਕਰਦੀ ਏ, ਕਿਸੇ ਦੀ ਬਾਡੀ ਫੱਬਦੀ ਏ, ਕੋਈ ਚੁੱਲ ਚੁੱਲ ਕੇ ਤੁਰਦਾ ਜਿਵੇਂ ਰਾਵੀ ਵਗਦੀ ਏ, ਕੋਈ ਤਕਨੀਕੀ ਤੇ ਫਰਤੀਲੇ, ਕਿਸੇ ਦੀ ਜਾਪੇ ਟਕਦੀ ਏ, ਕਹੇ ਸ਼ਿੰਗਾਰ ਜਵਾਨਾ ਕਿ ਤੂੰ ਸ਼ਾਨ ਇਸ ਜਗਦੀ ਏ। ਪਹਿਲਾ ਨੰਬਰ ਸ਼ੰਕਰ ਦੀ ਟੀਮ ਦੇ ਵਾਸਤੇ ਜੁੜਦਾ ਹੋਇਆ, ਬਹੁਤ ਹੀ ਜਾਨਦਾਰ ਪਾਉਣ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਵਾਸਤੇ। ਹਾਂਜੀ ਰੁੜਕਾ ਖੁਰ ਤੇ ਬਹੂਆ ਇਹ ਵੀ ਦੋਵੇਂ ਟੀਮਾਂ ਆ ਜਾਓ। ਹਾਂਜੀ ਰੁੜਕੀ ਕਲਾਂ ਦੀ ਟੀਮ ਆ ਗਈ ਹੈ, ਜਮਸ਼ੇਰ ਦੀ ਟੀਮ ਜਲਦੀ ਪੁੱਜੇ। ਮੈਂ ਜਮਸ਼ੇਰ ਦੇ ਖਿਡਾਰੀਆਂ ਦੇ ਅੱਗੇ ਬੇਨਤੀ ਕਰਦਾ ਕਿ ਆ ਜਾਓ ਜਲਦ ਜਮਸ਼ੇਰ ਦੀ ਟੀਮ। ਬਹੁਤ ਹੀ ਵਧੀਆ ਮੁਕਾਬਲਾ ਹੋਵੇਗਾ, ਇੱਕ ਪਾਸੇ ਜਮਸ਼ੇਰ ਖੇਡੇਗੀ ਔਰ ਦੂਸਰੇ ਪਾਸੇ ਰੁੜਕੀ ਕਲਾਂ ਦੀ ਟੀਮ। ਰੁੜਕਾ ਖੁਰ ਤੇ ਬਹੂਆ ਇਹ ਦੋਵੇਂ ਟੀਮਾਂ ਕਰ ਦੇਣੀਆਂ ਭਾਜੀ, ਬਾਅਦ ਚ ਇਤਰਾਜ਼ ਨਾ ਕਰਿਓ। ਰੁੜਕਾ ਖੁਰਦ ਬਹੂਆ ਠੀਕ ਹੈ ਸਰ, ਰੁੜਕਾ ਖੁਰਦ ਹੈ ਕਿਤੇ ਭਾਜੀ, ਰੁੜਕਾ ਖੁਰਦ ਠੀਕ ਹੈ ਸਰ, ਦੋਵੇਂ ਟੀਮਾਂ ਸਾਡੇ ਕੋਲ ਨੇ। ਮੈਂ ਜਮਸ਼ੇਰ ਦੀ ਟੀਮ ਦੇ ਅੱਗੇ ਬੇਨਤੀ ਕਰਦਾ ਕਿ ਜਮਸ਼ੇਰ ਦੇ ਖਿਡਾਰੀ ਆ ਜਾਓ ਜਾ ਕੇ ਸਾਡੇ ਰੁੜਕੇ ਕਲਾਂ ਦੀ ਟੀਮ ਜਿਹੜੀ ਸਾਡੇ ਕੋਲ ਪੁੱਜ ਗਈ ਹੈ। ਰੁੜਕੀ ਕਲਾਂ ਤੇ ਜਮਸ਼ੇਰ, ਰਾਹੋਂ ਤੇ ਟਾਲੀ,
हरिपुर ते फलपोता ये सारिया टीमां जिहड़ियां बिना किसी देरी तो आ जाओ जल्द तो जल्द साडे कोल लाजले पासे देखदे वी वजदी होई कैंची दे उपर हुण फैसले जिहड़े की होणगे समा बीतदा होया ते पॉइंट जिहड़ा लगभग हुण साडे रैफरी ने इशारा करना कि नंबर किहड़ी टीम दे वास्ते लाइक एक नंबर कीमती बनिया होया ते पॉइंट हुण जाफी दा नंबर शंकर दी टीम दे वास्ते जुड़दा होया हाँ जी नाल ही बेनती है जी मैदान दे विच अगलियां टीमां नूं राहों ते टाली ये भी जल्दी आवे टीम राहों ते टाली हरिपुर फलपोते की टीम भी जिहड़ी पुज्जे जल्दी साडे गोरे उहनां दा पिंड फलपोता जेकर साडे वीर पुज्जे होए ने अपनियां टीमां लैके जल्द आ जाण मैदान दे विच फलपोते की टीम दे खिलाड़ी उहनां दे अगे भी बेनती है कि आओ आपां जल्दी मैदान दे नाल जुड़ीए इहदे पासे साडे लक्की डिजिटल स्टूडियो वालां दा धन्नवाद 365kabaddi.com वालों का विशेष तौर पर धन्यवाद जिहड़े जुड़े हुए इस मैदान के नाल लख खिचा वजदियां होईयां ते पॉइंट इस वेरेटर का मां मिट्टी की तुड़ उड़दी होई ते नंबर धावी दे से जुड़दा होया नंबर शंकर की टीम दे से लाडले पासे देखदे वी गुट फड़िया होया मैदान दे विच इक जोर दे नाल हंडिया दे कोल मुकाबला चलदा होया मैदान दे विच फैसले की होणगे दे नंबर जाफी दे से नंबर फिर शंकर की टीम दे वास्ते जल वी वनी पा कबड्डी नौजवाना फिर मैदान दे अंदर कि मुच फुट गबरू ने भिड़दे मैदानों विच लगदा इंज जिवें पेड़ होवे साना विच उड़दियां तुड़ समाना वल चढ़दी दुनिया ते कीती यारो मेहनत ही रंग फड़दी कि दुनिया ते कीती यारो मेहनत ही रंग फड़दी लै शंकरिया रेड पाउंदा होया दूसरे पासे देखदे वी चढ़दी वरेस वाला नहीं जफा ला सकदे नंबर फिर शंकर दी टीम दे से जुड़दा होया बहुत ही लखा वर्गा पॉइंट साडे विच एएसआई गुरदयाल सिंह भी पहुंच चुके ने असीं इन्हां दा भी धन्नवाद करदे हां सरपंच साहब हुसन लाल जी ते कलवंत राय जी इन्हां दा भी असीं धन्नवाद करदे हां हाँ जी साडे बहुत ही सत्कारयोग एएसआई साहब पुज्जे साडे कोल स्वागत है जी एन उसारी प्रबंधकी कमेटी दे वल्लों ते इहदे पासे हुण देखदे वी उच्चे लंबे कद वाला रेड पाउण दे वास्ते वधिया होया शंकर पिंड दा कि उच्चा लंबा गभरू ते उच्ची इहदी हेक अल सामे माई पौणिया मैनूं मुंडा लैण दे वेख ला थोड़ा जिहा झुक के रेड पाउंदा होया मैदान दे विच वखरा जिहा अंदाज है पैंदी ओह रेड दे उपर हुण देखदे वी चारां ने निगाह कढ़ी होई दो नंबर तो हुण कमाल करन दी कोशिश करदा होया मैदान दे विच इहदे पासे विसल वज गई हो गए फैसले ते पॉइंट शंकर दी टीम दा हाँ जी राहों ते टाली दी टीम आ गई राहों ते टाली ए दोवें टीमां बिल्कुल तैयार रहणगियां राहों ते टाली नाल ही बेनती करदा जमशेर दी टीम नूं जमशेर साडे जीते उहनां दा पिंड साडे गोगो उहनां दा सो दुनिया दे महान कबड्डी खिलाड़ी जिथों दे पैदा होए जमशेर पिंड दे सो जमशेर दी टीम भी जल्दी जुड़े साडे नाल जमशेर रुड़की कला राहों ते टाली हरिपुर फलपोता औजला प्याला चाचोल बाई एफ सी रुड़का कला कुकड़ पिंड परसरामपुर मौली ते कंग साबू के दरम्यान जिहड़ा मैच हो रहा सी उसके जिहड़े फैसले हो चुके ने वडियाणा ते पतारा ये भी टीम जिहड़ी बिल्कुल तैयार रहे नाल कोहाला ते सींदड़ा हरदो फराला ते बडाला मंजकी चीमा कला रुड़की पत्तड़ कला माधोपुर ये सारिया जिहड़िया टीमां बिल्कुल तैयार रहणगियां बनवालीपुर ते शाहपुर ये सारे खिलाड़ी जिहड़े बिल्कुल रेडी रहन साडे कोल बिना किसी देरी तो लाडले पासे शंकरिया गुट फड़दा होया मैदान दे विच हुण देखदे वी बल्ले बल्ले हुंदी होई लगभग लक नूं लपेटा ते पॉइंट जाफी दे इसे नंबर शंकर दी टीम दे वास्ते हाँ जी चलते मैच में शंकर की टीम जेतू जी मेरे तो सज्जे हथ खेडदी सी हाँ जी आ जाओ अगला मुकाबला रुड़का खुरते बहुए दी टीम आ जाओ दोवें टीमां सेंटर लाइन दे उपर रुड़का खुरते बहुआ रुड़की कलां ते जमशेर की टीम के खिलाड़ी जेकर साडे कोल आए आ मेरे मेहरबानी करे संपर्क कर
हाँ जी, इस तो जो अगला मुकाबला खेड़ा जाएगा मैदान के रुड़का कलां ते जमशेर की टीम जी नहीं आई, उस करके साडे प्रबंधकों के वलों यह फैसला कि कारी सारी की टीम जी जल्दी तैयार होकर आवे। कारी सारी रुड़के कलां दे नाल मुकाबला आएगा साडे प्रदीप ना दे के बेंदे के लै अपनी टीम जल्दी तैयार करके मैदान के इस तो अगले मुकाबले के लिए। बहुत ही तगड़ा मुकाबला खेड़ा जाएगा, एक पास कारी सारी जिले हुशियारपुर की टीम खेडेगी इस तो अगले मुकाबले में और दूसरे पास रुड़के कलां के खिलाड़ी होणगे। मैं राहों ते टाली दे के बेनती करना कि यह भी दोवें टीमां बिल्कुल तैयार रहन। राहों ते टाली हरिपुर फलपोता यह भी टीम बिल्कुल तैयार रहे। हरिपुर फलपोता औजला ते प्याला यह भी बिल्कुल टीम तैयार रहे। चाचोवाल भाई एफ सी रुड़का कलां दे कारी सारी जी टीम दे के बेनती है कि वीर जी आप जल्दी पुजिए मैदान दे विच। कारी सारी संत बाबा इसरदार जी स्पोर्ट्स क्लब, कारी सारी संत बाबा सतपाल सिंह जी स्पोर्ट्स क्लब, कारी सारी संतां महापुरशां दी चरण छूह प्राप्त धरती जिले हुशियारपुर नूं वड्डा माण है उस नगर दे उपर। सो जिले हुशियारपुर दी टीम दे के बेनती कि आप जल्दी तैयार होकर मैदान के अंदर पुजिए अगले मैच के वास्ते। लादले पासे बहुत वधिया कोशिश करदा होया नजर ढकण दी, लेकिन नंबर रेडर दे से जुड़दा होया अंक जिहड़ा धावी दा हाँ जी भाजी नोट कर लियो, शंकर जेतू है जी पिछले मैच आप नोट कर लिया। शंकर की टीम पिछले मैच जेतू से यह भी नोट कर लियो। देले पासे बहुत ही वधिया मुकाबला, एक पासे रुड़का खुरद और दूसरे पासे बहुए की टीम खेड रही है मैदान के अंदर। बड़ा रोचक जहा मैच चलता हुआ दोवे टीमों के विचकार, जितारा के फैसले होंगे हुए क्योंकि टीम साढ़े को बहुत ने इस करके नंबर थोड़े दिते जा रहे हैं। हाँ जी लाइनमैन कली पा दी, लाइनमैन ला दो जी, एक साडे काले भाजी उन्होंने अगर बेनती है कि लाइनमैन ला दो एक इस ग्राउंड साढ़े रैफरी साहबान लाइनमैन की मांग कर रहे हैं कि आप लाइनमैन एक एक ला दीए। नाले मैं बेनती करता जी कारी सारी की टीम जल्दी तैयार होकर पुजे। रुड़के कलां की टीम जी बिल्कुल तैयार है साडे कोल, राहों ते टाली ये भी टीम जी बिल्कुल तैयार रहे। राहों ते टाली हरिपुर ते फलपोता ये भी टीम बिल्कुल तैयार रहे। हरिपुर फलपोता औजला ते प्याला ये भी टीम बिल्कुल तैयार रहे। चाचोवाल बाई एफ सी रुड़का कलां ये सारिया टीम जड़िया बिल्कुल तैयार रहनगियां। अगले पासे सिख सरदार कबरू की रेड पैंदी हुई मैदान दे विच, ते उधले पासे बहुत वधिया खुच कढ़ी हुई मैदान दे विच कि कलगियां वालिया लिखा कि सिफत तेरी कागज कलम तो तेरा कार वड्डा, तेरे चोच वड्डे तेरी वड्याई वड्डी चोजी गुणा दा तेरा भंडार वड्डा, कि तन कुरबानी मेरे शहशाह दी कीता सिरां दा तुसीं वपार वड्डा।